विरासत में भाई का हिस्सा ज्यादा बनता है तो विरासत में कुछ नहीं बनता। विरासत में तो विरासत में क्या एक दो राग बनते ने एक अद्धी टोलकी बनती की होना बुरी आदत पै गई हूं हस्पताल बच्चे चुकन लग पी बच्चा चुके लगे मैं पिछे ना जाता कैच बुला के खान लगी मार मार के सजाई दे गाना कौन गा रहे आपकी शादी को 4 साल उनकी शादी को 40 दिन हुए थले बैठा मुर्शद को तवीत लैन आया मैं गल मुकी यकीन करो वेख रहा था जिम्मे कुत्ता छिछड़े बैठा क्या भाभी साड़ी बैठी स्टेज ते और भाभी मेरे भरा नू कहन लगी कि जानू घंटा हो गया नहीं सुते जो इन वेख बच्चे रल के जो चा कह तो डर नहीं अद्धी रात उठ के मेरे बच्चे कहते अम्मा पाऊ अम्मा पाऊ दो बच्चे पाऊ तो हूं बनी है बहु बहु इस घर की बहु है वीरा मैं एटमी भाभी रैमो साहब जो डोली च बैठी है जो वाक्य हो पता डोली दिया चीकां निकलियां नहीं भाजी डोली चुकन वाले का की हाल है डोली चौंक च पई लोकी पैसे पाउण लगे पता नहीं किस मंदिर दा गल्ला रखे जिस वेले मेरी बरात आई इत्थे इन्हां दे घर च जी जी मेरी बरात पहुंची है ते मेरा ब्रदर इन लॉ है जिहड़ा है जदों मेरी जान जाके इन्हां दे वेड़े च बैठी है जनाब इन्हां ने की शरारत कीती की वाजे वाले मेरे नाल आए पिंडो खानदानी वाजे वाले साडे अच्छा खानदानी आपका खानदान मैं भी कम ते जांदा रहा आपका खानदान वाजे वाले मतलब पिंड वाले जिहड़े सारे व्याहां च वजाउंदे ने अच्छा जिवें हुंदा ना कि खानदानी डॉक्टर हुंदा फैमिली डॉक्टर हुंदा ओह साडे फैमिली वाजे वाले ने अच्छा ओह जनाब ओह वड्डा वाजा रख के बेचारा गया वाशरूम थोड़ी देर बजाओ जी खुशी का मौका अच्छा उन्हें वाजे ने फूक मारी सारी जंज छोरे च डुब गई अखा च मिर्चा पै गई जंज नलका लभदा फिरे जंज नलका लभदी फिरे भी अखा च पानी मारी गए ओ तो ओनू कहिंदा भी कैसा जायका अगो वाजे वाला कहिंदा भाजी इंज ही लगदा जिवें पित्तल आलू पके आप ऐसा करें जी। आपकी बहन का जो हिस्सा बनता है ना वो दें ताकि वो अपना अलग से घर लें और निकल जाए चलो अल्लाह गल आई समझ रामो साहब गल सुनो जो साल बाद अब्बा जी फौत हो गए उस मैं सारा खर्चा चुकया 2 साल दिल दुखदा हुंदा सी यकीन करो एसी लाउंदे सन हालांकि इन्नी गर्मी भी नहीं सी पैण दी एसी लाउणा ਦੋਨਾਂ ਨੇ ਅੰਦਰ ਹੋਣਾ
ਮੈਂ ਬਾਹਰ ਹੋਣਾ, ਮੈਂ ਬਿੱਲ ਤੇ ਯੂਨਿਟ ਗਿਣੀ ਜਾਣੇ, ਇਹਨਾਂ ਨੇ ਅੰਦਰ ਯਕੀਨ ਕਰ ਆਪਣੀਆਂ ਫਿਲਮਾਂ ਵੇਖੀ ਜਾਣੀਆਂ। ਸਾਰੇ ਇੱਕ ਏਸੀ ਦਾ ਰੌਲਾ ਪਾਉਂਦੇ ਆ, ਮੈਂ ਏਸੀ ਲਵਾਇਆ, ਡੀਸੀ ਲਵਾਇਆ, ਐਸਐਚ ਲਵਾਇਆ, ਮੈਂ ਕਿੱਥੇ ਸਾਰੇ ਥਾਣੇ 'ਚ ਮੈਂ ਬੰਦੇ ਲਵਾਏ। ਆਹ ਦੇਖੋ ਵਜ਼ੀਰੇ ਵਾਲਾ ਪੰਜਾਬ ਲੱਗਾ ਜਿਵੇਂ ਤਲਕ ਤਲਕਦਾਰ ਬੰਦੇ ਆ। ਇਤਨੇ ਬੰਦੇ ਜੇ ਤੁਸੀਂ ਕੰਮ ਤੇ ਲਵਾਏ ਤੇ ਆਪ ਕਿਉਂ ਨਹੀਂ ਕਰਦੇ? ਰੈਂਬੋ ਸਾਹਿਬ ਜਦੋਂ ਇੰਨੇ ਬੰਦੇ ਕੰਮ ਕਰਨ ਦੇ ਨੇ ਤੇ ਮੈਨੂੰ ਕਿਹੜੀ ਲੋੜ? ਵੇਖਲੇ ਦੀ ਕਿੰਨਾ ਢੇਡ ਪੁਣਾ। ਮੈਂ 2 ਸਾਲ ਤੋਂ ਮੈਂ ਸਮਝ ਗਿਆ ਜੀ, ਇਹ ਝੂਠ ਬੋਲ ਰਹੇ ਹੋ, ਹਰਾਮੀ ਹੋ ਗਈ ਹੈ ਯਾਰ। ਜਵਾਈ ਵਿਰਾਸਤ ਦਾ ਹਿੱਸਾ ਦਿਓ ਤੁਸੀਂ, ਕਿਹਾ ਵਿਰਾਸਤ ਦਾ ਹਿੱਸਾ, ਵਿਰਾਸਤ ਦਾ ਹਿੱਸਾ। ਯਕੀਨ ਕਰੋ ਜੋ ਇਹਦਾ ਹਿੱਸਾ ਬਣਦਾ ਸੀ ਨਾ, ਦੇਖੋ ਟੋਟਲ ਮੇਰਾ ਖਿਆਲ ਜੀ ਅਸੀਂ ਘਰ ਵੇਚੀਏ ਵੀ ਨਾ ਤੇ ਇਹਦੇ ਹਿੱਸੇ 10 ਲੱਖ ਰੁਪਇਆ ਹੁੰਦਾ ਜੀ ਜੀ। ਲੇਕਿਨ 4 ਸਾਲਾਂ ਦੇ ਵਿੱਚ ਮਸੂਫ ਜਿਹੜੇ ਨੇ ਕਮ ਸੇ ਕਮ ਨਹੀਂ ਤੇ 35 ਲੱਖ ਰੁਪਇਆ ਖਾ ਚੁੱਕੇ। ਹਾਂਜੀ, ਝੂਠ ਬੋਲਦਾ ਜਨਾਬ। ਜਦੋਂ ਸਾਡੇ ਦਾ ਤੇਲ ਮੰਗਾਉਂਦਾ ਆਪਣੀਆਂ ਪਿੰਨੀਆਂ ਨੂੰ ਮਲਦਾ, ਯਕੀਨ ਕਰੋ ਮੈਨੂੰ ਦੁੱਖ ਹੁੰਦਾ ਇਸ ਪਿੰਨੀਆਂ ਕੀ ਕੁਸ਼ਤੀ ਲੜਨੀ ਹੈ? ਪਤਾ ਨਹੀਂ ਕੀ ਕਰਦਾ ਜੀ, ਮੈਂ ਇਸ ਘਰ ਦਾ ਜਵਾਈ ਆ। ਹਾਂਜੀ, ਬਾਹਰ ਮੈਂ ਪਹੁੰਚਾ ਚੁੱਕ ਕੇ ਬਹਿਣਾ ਹੁੰਦਾ, ਪਿੰਨੀਆਂ ਖੁਸ਼ਕ ਵੇਖ ਕੇ ਬਿਸਤੀ ਕਿਹਨਾਂ ਦੀ ਹੋਣੀ, ਇਹ ਪਿੰਨੀਆਂ ਬਣਾਉਣੀਆਂ ਨੂੰ। ਔਰ ਰੈਂਬੋ ਸਾਹਿਬ ਜਦੋਂ ਮੇਰਾ ਸੌਰਾ ਬਿਸਤੀ ਚਲਾਉਂਦਾ ਸੀ ਕਿਸ਼ਤੀ, ਅੱਛਾ, ਜਦੋਂ ਉਹ ਜਿਉਂਦਾ ਸੀ ਤੇ ਜਨਾਬ ਜਦੋਂ ਜਿਉਂਦੇ ਸਨ ਮੇਰੇ ਸਹੁਰਾ ਜੀ, ਉਹਨਾਂ ਦੇ ਨਾਲ ਮੈਂ ਆਪ ਕੰਮ ਤੇ ਉਹਨਾਂ ਨੂੰ ਨਾਲ ਲੈ ਕੇ ਜਾਂਦਾ ਰਿਹਾ। ਮੈਂ 8-8 ਹਜ਼ਾਰ ਦੀ ਦਿਹਾੜੀ ਲਾਉਂਦਾ ਰਿਹਾ ਜਨਾਬ। ਉਹ ਕਿਸ ਤਰ੍ਹਾਂ? ਮੈਂ ਆਪਣੇ ਸਹੁਰੇ ਨੂੰ ਬੇਹੋਸ਼ ਕਰਕੇ ਟੀਕਾ ਲਾ ਕੇ ਰੇੜੀ ਤੇ ਪਾ ਕੇ ਮੰਗਦਾ ਹੁੰਦਾ ਸੀ। ਬੜਾ ਅੱਛਾ ਆਈਡੀਆ ਆਇਆ, ਇੱਕ ਹੱਲ ਹੈ, ਆਪ ਇਨਕੋ ਮਰੀ ਭੇਜ ਦੇ 15-20 ਦਿਨ ਕੇ ਲਈ। ਇੰਨੀ ਠੰਡ ਚ ਰੈਂਬੋ ਸਾਹਿਬ ਬਹੁਤ ਅੱਛੇ ਜੀ ਹੁੰਦੇ ਰਹੋ, ਇਕੱਠੇ ਹੋ ਕੇ ਪੈ ਰਹੀਏ ਇੱਧਰ ਖਿਲ ਰਹੇ ਰਹਿਣ। ਨਹੀਂ ਠੀਕ ਹੈ ਜੀ, ਠੀਕ ਹੈ ਬਈ, ਮਾਸ਼ਾਅੱਲਾ। ਯਕੀਨ ਕਰੋ ਐਸੀ ਪੰਚਾਇਤ ਮੈਂ ਅੱਜ ਤੱਕ ਨਹੀਂ ਦੇਖੋ। ਸਾਡੇ ਇਲਾਕੇ 'ਚ ਤੁਸੀਂ ਇਹੋ ਜਿਹਾ ਫੈਸਲਾ ਸੁਣਾਉਂਦੇ ਤੁਹਾਡਾ ਹੁੱਕਾ ਪਾਣੀ ਬੰਦ ਹੋ ਜਾਣਾ ਸੀ। ਕੀ ਮਤਲਬ? ਕੋਈ ਗੱਲ ਹੈ ਕਰਨ ਵਾਲੀ? ਬਜਾਏ ਕਿ ਤੁਸੀਂ ਇਹ ਕਹਿਣ ਦੇ ਕਿ ਤੁਸੀਂ ਨਵਾਂ ਜੋੜਾ ਹੋ, ਤੁਸੀਂ ਮਰੀ ਜਾ ਕੇ ਹਨੀਮੂਨ ਮਨਾਓ, ਉਹਨਾਂ ਨੂੰ ਭੇਜ ਦਈਏ। ਨਹੀਂ ਨਹੀਂ, ਮੈਂ ਆਪਣੇ ਘਰ ਚੋਂ ਨਹੀਂ ਜਾਣਾ, ਮੈਂ ਆਪਣੇ ਘਰ ਚੋਂ ਨਹੀਂ ਜਾਣਾ। ਮੈਂ ਇਸ ਲਈ ਕਹਿ ਰਹਾ ਹੂੰ ਨਾ, ਉਹ ਘਰ ਸੇ ਨਹੀਂ ਜਾਣਾ ਚਾਹ ਰਹੀ। ਆਪ ਇਨਕੋ 15-20 ਦਿਨ ਕੇ ਲਈ ਕੁਝ ਟਿਕਟ ਵਿਕਟ ਪੈਸੇ ਲੈ ਕੇ। ਓ ਖੁਦਾ ਦਾ ਵਾਸਤਾ ਜੀ, ਮੇਰੇ ਕੋਲ ਤੇ 1 ਰੁਪਇਆ ਨਹੀਂ ਜਿਹੜਾ ਹੁੰਦਾ, 1 ਰੁਪਇਆ ਠੀਪਾ, ਉਹ ਨਹੀਂ ਹੈਗਾ ਕਿ ਮੈਂ ਇਹਦੇ ਦੰਦਾਂ ਦੇ ਵਿੱਚ ਦੇ ਕੇ ਥੋੜਾ ਜਿਹਾ ਗੈਪ ਰੱਖ ਲਵਾਂ। ਕੀ ਮਤਲਬ 1 ਰੁਪਇਆ ਨਹੀਂ? 1 ਰੁਪਇਆ ਨਹੀਂ, ਸਾਰੇ ਪੈਸੇ ਤੇ ਖਾ ਗਿਆ ਆ ਲਫੰਗਾ। ਐਸੀ ਬਾਤ ਨੀ ਕਰਨੀ ਸਰ ਜੀ, ਜਦੋਂ ਮੇਰੀ ਜਨ ਜਾਈ ਹੈ ਰਹਿਮ ਸਾਹਿਬ, 8 ਵਜੇ ਮੇਰੀ ਬਰਾਤ ਆ ਕੇ ਬਹਿ ਗਈ। 8 ਵਜੇ ਕਿਉਂ ਆ ਗਈ? ਟਾਈਮ ਸੀ ਵਿਹਲੇ, ਅਸੀਂ ਆ ਗਏ ਟਾਈਮ ਨਾਲ, ਫਾਰਗ ਹੋ ਕੇ ਘਰ। 2 ਵਜੇ ਆਉਣਾ ਹੋਤਾ ਹੈ, ਅਬ 8 ਵਜੇ ਸੁਬਹ। ਸਰ ਜੀ ਮਤਲਬ ਨਾਲ ਹੀ ਤੇ ਘਰ ਸੀ, ਕਿਹੜਾ ਦੂਰੋਂ ਆਉਣਾ ਸੀ। ਮੈਂ ਸੋਚਿਆ ਵੀ ਉੱਥੇ ਕਿਹੜਾ ਬਹਿਣਾ, ਜਾ ਕੇ ਬਰਾਤ ਲੈ ਕੇ ਵੋਟੀ ਲੈ ਕੇ ਘਰ ਆਉਣੇ। ਸੁਬਹ 8 ਵਜੇ ਬਰਾਤ ਜਾ ਕੇ ਬਹਿ ਗਈ, ਦੁਪਹਿਰ ਦੇ 2 ਵਜ ਗਏ, ਨਾ ਰੋਟੀ ਨਾ ਪਾਣੀ ਨਾ ਲੱਸੀ ਨਾ ਚਾਹ। 2 ਵਜੇ ਆ ਜਿਹੜਾ ਆ ਕੇ ਕਹਿੰਦਾ ਵੀ 4-4 ਹੋ ਜਾਓ, 4-4। ਉਹ ਮੈਂ ਕਿਹਾ ਭਾਈ ਰੋਟੀ ਖਾਣ ਲੱਗਿਆ, 2-2 ਸੁਣੇ ਅਸੀਂ, 4-4 ਕੀ ਆ? ਕਹਿੰਦਾ ਰੋਟੀ 'ਚ ਦੇਰ ਆ, ਤੁਸੀਂ ਉਨੀ ਦੇਰ ਤਾਸ਼ ਖੇਡੋ। ਉਹ ਮੇਰੀ ਸਾਰੀ ਜੰਝ ਇੱਕ ਦੂਜੇ ਕੋਲ ਪੈਸੇ ਹਾਰ ਗਈ, ਉਹ ਤੇ ਸਲਾਮੀਆਂ ਪੈਣ ਦੀ ਬਜਾਏ ਛਾਪੇ ਪੈਣ ਲੱਗ ਪਿਆ। ਪਿਓ ਮੇਰਾ, ਮੇਰੇ ਮਰਹੂਮ ਤਾਏ ਦਾ 3500 ਦਾ ਕਰਜ਼ਾ ਹੀ ਹੋ ਗਿਆ ਮੰਗ ਪੱਤੇ 'ਚ। ਅੱਛਾ ਜੀ, ਆਪ ਮੇਂ ਸੇ ਬੜਾ ਕੌਣ ਹੈ? ਆਪ ਬੜੇ ਆ ਜਾਂ ਆਪ ਬੜੀ ਹੈ? ਇਹ ਵੱਡੇ ਨੇ, ਮੈਂ ਵੱਡਾ ਜੀ। ਆਪਨੇ ਪਹਿਲੇ ਸ਼ਾਦੀ ਕਿਉਂ ਨਹੀਂ ਕੀ? ਆਪਕਾ ਘਰ ਬਸ ਜਾਤਾ, ਇਹ ਮਸਲਾ ਹੀ ਨਾ ਹੋਤਾ। ਉਹ ਸਾਹਿਬ ਅਸੀਂ ਪਿੰਡ ਥਾਂ ਦੇ ਲੋਕ ਆ, ਗੈਰਤਮੰਦ ਲੋਕ ਆ, ਅਸੀਂ ਪਹਿਲੋ ਧੀਆਂ ਭੈਣਾਂ ਵਿਆਹੀ ਦੀਆਂ, ਆਪਣੇ ਵਿਆਹ ਬਾਅਦ ਵਿੱਚ ਕਰੀ ਦੇਣਾ। ਹਾਂਜੀ, ਪਿਆਰ ਮੈਂ ਨਹੀਂ ਆਪਣੀ ਭੈਣ ਨਾਲ ਕਰਨਾ, ਆਪਣੇ ਪਿਓ ਜਿੰਨਾ ਕਰਨਾ ਵਾ। ਹਾਂਜੀ, ਲੇਕਿਨ ਵੇਖੋ ਗੱਲ ਇਹ, ਹੁਣ ਮੇਰਾ ਆਪਣਾ ਘਰ ਬਸ ਗਿਆ, ਇਹਨੂੰ ਚਾਹੀਦਾ ਆਪਣਾ ਘਰ ਜਾ ਕੇ ਵਸਾਵੇ। ਬਿਲਕੁਲ ਸਹੀ, ਬਿਲਕੁਲ ਸਹੀ, ਆਪਣਾ ਘਰ ਵਸਾਉਣਾ। ਪਿਆਰ ਉਹ ਆਪਸੇ ਕਰਤੇ ਹੈ। ਆਪਕੋ ਪਤਾ ਹੈ ਹਮਾਰੇ ਮੁਆਸ਼ਰੇ ਮੇਂ ਘਰ ਜਵਾਈ ਕੋ ਕਿਆ ਸਮਝਾ ਜਾਤਾ ਹੈ? ਰੈਂਬੋ ਸੀਰੀਅਸ ਬਾਤ ਹੈ, ਅਬ ਆਪ ਐਸਾ ਕਰੇਂ ਜੀ, ਹਮਾਰੇ ਮੁਆਸ਼ਰੇ ਮੇਂ ਅੱਛਾ ਨਹੀਂ ਸਮਝਾ ਜਾਤਾ ਘਰ ਜਵਾਈ ਕੋ, ਠੀਕ ਹੈ?
कितनी देर तक आपको लगता नहीं है कि आप यहाँ बैठ के रोटियां तोड़े जा रहे हैं? कब तक नहीं लग रही? क्योंकि मेरी सेहत देखो, मैं कितनी की रोटी तोड़ लेना होगा, कितनी मेरे को देख अद्धी रोटी ऐ मैंने रोटी तोड़ के बढ़ाउंदी ते मैं खाना एने के मुर्गी खाने अद्धी रोटी खा लेने एक ते पहले यार एक नवाला खाएं चाहे 10 रोटियां खाएं ये बड़ी बड़ी गलत बात। मेरी रोटी दा सारे नु दुख होंदा अगर मैं रोटी इस घर चो खाना। रोटी दा सारे दुख नहीं है भाई, तू सालन बहुत आ। डॉक्टर ने पाजी ये क्या के रोटी थोड़ी खाओ सालन बहुत खाओ। बिल्कुल हम डॉक्टर ते ताया मेरे लिए दोवे इको बराबर। मैं दोनों की गल मननी है गल असल जे वे रेंबो साहब जे मैं रोटी इच करते खाना जी चलो मेनू आज बेड़ा बच गया जेड़ा बचना सी बच गया। मैं इस करती रोटी खाना ते इस कर दे मैं काम भी ते सारे करना। आप कोई काम नहीं करते अपने बच्चे आप कोई काम मैं बाहर नहीं करता बाहर नहीं करता घर दे काम ते मैं करना घर के क्या अपने बच्चे मैं स्कूल छड़ के उन्होंने उन्हें लेके उन्हें बेगम दे काम करना घर दी सब्जी लेना लड़के दी बोकी पार्टी होवे मैं आप बदलन जाना ओ करना मैं एदी बनैन। मैं दी गल दा जवाब देना चाहना जी तू लड़के दी बोकी पार्टी तू पाउना ना ते मैं ते नहाता ही नहीं करी ਤੁਸੀਂ ਨਾ ਹੁੰਦੇ ਜੇ ਨਹੀਂ ਇੱਥੇ ਤੇ ਬੈਹੀ ਨਹੀਂ ਕਿਉਂ ਕਿ ਤੂੰ ਪਾੜੀ ਹਾਂ ਫਿਰ ਮਿਹਨਤ ਮੈਂ ਕੀਤੀ ਘਰ ਕੇ ਕੰਮ ਬੱਚਿਆਂ ਨੂੰ ਤੂੰ ਸਕੂਲ ਲੈ ਕੇ ਜਾਣਾ ਲੈ ਕੇ ਆਉਣਾ ਤੇਰੇ ਬੱਚੇ ਤੂੰ ਪੈਦਾ ਕੀਤੇ ਮੈਂ ਤੇ ਕੀਤੇ ਹੀ ਨਹੀਂ ਹਜੇ ਕੋਈ ਲੋਕਾਂ ਦੇ ਮਾਣੇ ਜੇ ਘਰ ਦੇ ਵਿੱਚ ਸਬਜ਼ੀ ਤੂੰ ਲਿਆਉਣਾ ਤੇ ਰੋਟੀ ਤੇ ਸਾਲਿਆ ਸਾਰੀ ਤੂੰ ਖਾ ਜਾਣਾ ਅਸੀਂ ਕਰਨੇ ਕੀ ਆ ਮਨੂੰ ਸਾਰੀ ਰੋਟੀ ਕਿ ਮੈਂ ਜੁਮਾ ਵਰ ਜੁਮਾ ਜਾਣੇ ਨਾਲ ਮੈਂ ਵੀ ਸਾਰੀ ਰੋਟੀ ਮੈਂ ਖਾਣੀ ਨਹੀਂ ਮਤਲਬ ਆਪ ਇਹ ਘਰ ਕੇ ਕੰਮ ਇਹ ਜਿੰਨੇ ਆਪ ਕੰਮ ਕਰ ਰਹੇ ਨੇ ਇਹਦੇ ਕੱਪੜੇ ਮੈਂ ਆਪਣੇ ਖਾ ਦੇ ਦੇ ਇਹ ਕੰਮ ਆਪ ਆਪਣੇ ਘਰ ਮੇ ਵੀ ਹੋਤੇ ਤੋ ਉਸ ਮੇ ਵੀ दंगल ही पी जड़िया तू मोरिया दसिया उस तू पी गर्मी वाली धोती है भाभी गर्मी कैमरामैन निकाह कर लेना जे मैं तुहानू कहने आ मेहरबानी करो मिल के रहने में मिल बांट के खाने में बरकत है। एक बार ऐसी सोचा कि मिल बैठ के खाने में बरकत है असि सारे ने रल मिल के रोटी रख के इकट्ठे बैठे माशाल्लाह ऐ साडी भाभी जी हां जी इन्होंने रोटी चुकी है एक एक रोटी देके ने वाला 12 रोटियां दे 12 वाले करके रोटी खत्म करती 12 रोटियां खा के तेनु दंगल पै गई असि कड भी नहीं सके। पूरा पराठा चुक इंज रख दी जिवें सीढ़ी लाई दी है जेड़ी औरत नाश्ते च 12 मूली वाले पराठे खाए ओह बीवी किंद दी होए नाले एक कमरे च रह सकदी है 12 पराठे भी मूली वाले जनाब उते जंग लग जांदी एक बारी पर रहो साहब मैं आपके पास तो पैसे ही नहीं होते ते दादा साहब तो ले आया ना 8 घंटे लाइन च लगा क्योंकि एक बार नाल कपड़े लेके गया सी। अच्छा हाँ जी एक सूट पा के मैं एक बारी लई दूसरे सूट पा के तीसरी बारी लई फिर मुछा ला के लैदा लई पूरे टब्बर ली बिरयानी इकट्ठी करके लिया के दे अगे रखी मैं पट वाली बोटी पा के इन्हू दी हाँ जी ए विचों पट कट के इन्हू कुटन लग जिदी लत घुटदी रही यकीन करो मेरा तो मोढ़ा नहीं घुट सकी। ਰਾਮੋ ਸਾਹਿਬ ਅਗਰ ਸਾਡੇ ਜਾਣ ਦੇ ਨਾਲ ਇਹਨਾਂ ਦੀ ਖੁਸ਼ੀ ਹੈ ਮਤਲਬ ਆਪਣੇ ਘਰ ਚ ਖੁਸ਼ ਰਹਿੰਦੇ ਨੇ ਤੇ ਤੁਹਾਡੇ ਵਾਲੀ ਗੱਲ ਮੇਰੇ ਦਿਲ ਲੱਗੀ ਕਿ ਔਰਤ ਦਾ ਸਰਕਾਰ ਉਹਦੇ ਖਾਵਨ ਦਾ ਉਹਦਾ ਖਾਵਨ ਦਾ ਘਰ ਸੀਰੀਅਸ ਨਹੀਂ ਬੁਖਾਰੀ ਵਾਂਗੂ ਹੁੰਦਾ ਵੇ ਹਾਂਜੀ ਕਿ ਅਗਰ ਮਤਲਬ ਅਸਰ ਘਰ ਦਾ ਉਹੀ ਹੈ ਤੇ ਫਿਰ ਇਹਨੂੰ ਮੈਂ ਆਪਣੇ ਘਰ ਲਿਜਾਣ ਲਈ ਤਿਆਰ। ਅੱਛਾ ਮੇਰੇ ਕੋਲ ਵਸੀ ਘਰ ਹੈ ਜਨਾਬ ਆਪਣਾ ਘਰ ਹੈ ਤੁਹਾਡਾ 50 ਕਮਰਿਆਂ ਦਾ ਘਰ ਹੈ।
अच्छा दारुल उमान च रहने नहीं मेरे को नहीं खोल दी बड़ा जुल्म कर रहे वैसे अपने भाई पे चलो इंज करने बच्चे एक बच्चा असि लै जाने एक बच्चा पाल बहुत अच्छे बाद स्यापा पाई महमूद कुरैशी बन के आपका भी घर है आपका भी घर है लड़ने से कोई फायदा नहीं है रैम्बो साहब अगर असि इस घर चो निकले ना जी तो तुम मेनू नहीं जानते ये भी मेनू नहीं जानता मैं गटर एने शापर फसा के जाने जेडे को निकलने भी नहीं ਇਹਨਾਂ ਦਾ ਨਵਾਂ ਨਵਾਂ ਵਿਆਹ ਹੈ ਅਗਰ ਇਹ ਚਾਹੁੰਦੇ ਨੇ ਤੇ ਮੈਂ ਇੱਕ ਮਹੀਨਾ ਆਪਣੀ ਬੇਗਮ ਨੂੰ ਲੈ ਕੇ ਆਪਣੇ ਘਰ ਚਲਾ ਜਾਣਾ ਆਪਕਾ ਆਪਣਾ ਘਰ ਹੈ ਹੈ ਅਬ ਆਪ ਇਸਕੋ ਲੈ ਕੇ ਪੱਕੇ ਪੱਕੇ ਚਲੇ ਜਾਏ ਦੇਖੇ औरत का जो घर है वो उसके खामद का घर आप ये मेरी वखी है आप ले जाए आप अच्छे खासे गैरतमंद आदमी लगते हैं शक्लों नहीं लगते मेरी समझ आ गई चलो बेगम चलो अपना समान चुको अपने घर चलने चल पा रहे हो तुम भी समान बन अपने घर चलिए चलो जाओ जी तुम्हें शुक्र है गए ताला अंदर आले पासे लाना आपको मुबारक हो जी खैर मुबारक दे सलामी यार तू किसे नु नहीं दीती आज तक नहीं नहीं मैं सलामी है हुने तुहानू सलामी दे ए हेलो दिल्ली वाले ने ना यही सलामी आउंदी आ भाभी तेरी दी तरक्की हुई है सलामी देन दे बेटियों को जितना भी प्यार किया जाए उन्हें अपने घर नहीं रख सकते आखिर उन्होंने पराए घर जाना होता है यानी कि अपने घर बेटियों का असल घर उनका ससुराल होता है वहीं उन्हें रहना पड़ता है अल्लाह पाक सब की बच्चियों को अपने अपने घरों में शादो आबाद रखे शो का वक्त ख़त्म हुआ जाता है अगले शो में आपसे दोबारा मुलाकात होगी तब तक के लिए अल्लाह हाफिज रब रखा मैं समान बन लिया सहरे ने घर छड़ के चलना तो तू इत रहना नहीं मैं तो यार मेरा अपना घर है तो अपना चल पेगा मैं आप देख रहे हैं जान रैम्बो YouTube चैनल टैन टैन देखते रहिए हाँ ना